ਹੋ ਲੱਗਦੀ ਤੂੰ ਮੱਕੀ ਦੀ ਛੱਲੀ ਨਕਲੀ ਦਾ ਸਕਦਰ ਨੂੰ ਚੱਲੀ ਮੇਰਾ ਦਿਲ ਤੇਰੇ ਤੇ ਆ ਗਿਆ ਮੈਂ ਤੈਨੂੰ ਗੱਲ ਸਮਝਾਵਾਂ ਨਹੀਂ ਆ ਬੈਠ ਬੁੜੇ ਦੇ ਤਾਂਗ ਤੇ ਤੂੰ ਸ਼ੇਰ ਕਰਾ ਮਾਣੀ ਆ ਬੈਠ ਗੁੜੇ ਦੇ ਤਾਂਗੇ ਤੇ ਤੈਨੂੰ ਸ਼ੇਰ ਕਰਾਵਾਂ ਨਹੀਂ ਲੋਕਾਂ ਨੂੰ ਹਸਾਉਣ ਵਾਲੇ ਲੋਕਾਂ ਦਾ ਮਨੋਰੰਜਨ ਦਾ ਸਾਧਨ ਬਣਨ ਵਾਲੇ ਅੱਜ ਖੁਦ ਕਿਉਂ ਆਪਣੀ ਜਾਨ ਲੈਣ ਲੱਗੇ ਸੀ ਇਹ ਜੀ ਨਸੀਬ ਤਾਂ ਤਾਂ ਗੁਰੂਆਂ ਪੀਰਾਂ ਤੇ ਪਈਆਂ ਸੀ ਜਿਹੜੇ ਜਾਣੀ ਜਾਣ ਸੀ ਇਹ ਹੌਸਲਾ ਨਹੀਂ ਆਰੀਦਾ ਪਰ ਹੌਸਲਾ ਟੁੱਟ ਜਾਂਦਾ ਜਦੋਂ ਅੱਗੇ ਕੁਝ ਨਹੀਂ ਦਿੰਦਾ ਕੋਈ ਮਿੱਤਰ ਪਿਆਰਾ ਜਾਂ ਕੋਈ ਹੋਰ ਕੰਮ ਨਹੀਂ ਦਿੰਦਾ ਜੀ ਫਿਰ ਹੌਸਲਾ ਟੁੱਟ ਜਾਂਦਾ ਵੀ ਮੈਂ ਇਹ ਮੈਂ ਆਪਣਾ ਨਹੀਂ ਵੀ ਮੈਂ ਜਿਹੜੇ ਪਿੱਛੇ ਆ ਮੈਂ ਇਹਨਾਂ ਨੂੰ ਕੀ ਰੋਂਦਾ ਦੇਖੂਗਾ नेत्र ने ने हो कर दिल की दार बावे प्यो ऐबी बिना होवे किसी तीदार बा प्यो ऐबी ना होवे किसी तीदार ਗਾਣਾ ਹਰੇਕ ਨੂੰ ਪਤਾ ਪਰ ਚਿਹਰੇ ਪੱਖੋਂ ਜਾਂ ਉਦਾਂ ਨਹੀਂ ਕੋਈ ਜਾਣਦਾ ਵੀ ਅੱਛਾ ਇਹ ਬਾਈ ਨੇ ਗਾਣਾ ਗਾਇਆ ਹਾਂਜੀ ਚਿਹਰਾ ਨਹੀਂ ਦਿਖਾਇਆ ਜੀ ਸ਼ੇਰ ਕਰਾਮਾਨੀ ਹੋਰ ਉਹਨਾਂ ਦੀ ਮਰਜ਼ੀ ਦੀ ਕੰਪਨੀ ਦੀ ਮਰਜ਼ੀ ਹੈ ਚਿਹਰਾ ਦਿਖਾਉਣਾ ਜਾਂ ਨਾ ਦਿਖਾਉਣਾ ਜੀ ਆਪਾਂ ਮੈਂ ਹੁਣ ਅਪੜ ਬੰਦਾ ਸੀਗਾ ਜੀ ਮੈਨੂੰ ਇੰਨਾ ਪੰਜ ਚਾਰ ਪੜਿਆ ਸੀ ਮੈਨੂੰ ਪਤਾ ਨਹੀਂ ਸੀ ਕਿ ਕਿੱਥੇ ਕੀ ਕਿਵੇਂ ਕਰਨਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਉਹੇ ਦਾ ਕੁਝ ਕਰਦਾ ਵੀ ਗਾਂ ਆਪਾਂ ਇਹ ਗੀਤਾ ਰਾਹੀ ਆਪਦੀ ਜ਼ਿੰਦਗੀ ਕੱਢਣੀ ਉਦੋਂ ਮੈਂ ਸੋਚਿਆ ਨਹੀਂ ਸੀ ਜ਼ਿੰਦਗੀ ਤਾਂ ਬਸ ਰੱਬ ਆਸਰੇ ਚੱਲਦੀ ਹੈ ਜਿੰਦਗੀ ਤਾਂ ਜ਼ਿੰਦਗੀ ਦੀ ਕਿਸ਼ਤੀ ਡੋਲੀ ਪਈ ਇਹ ਰੱਬ ਦੀ ਮਾਰਜੇ ਤੋਂ ਪੈਂਦੀ ਹੈ ਜੀ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ ਤੇ ਮਾਰ ਤਾਂ ਵੱਡੇ ਵੱਡੇ ਤੇ ਪੈ ਜਾਂਦੀ ਇਹ ਸੋਤੇ ਮੈਨੂੰ ਕੰਮ ਦੇ ਦੇਣ ਜੀ ਉਹ ਮੈਂ ਥੋੜਾ ਥੋੜਾ ਦੇ ਦੇਣ ਮੈਂ ਆਪਦੇ ਉਹ ਗੱਡੀ ਲਈ ਦਿੱਤੀ ਆ ਜੀ ਮੇਰੇ ਕੰਮ ਵੀ ਬੰਦ ਹੋ ਗਏ ਸੀ ਹੁਣ ਮੈਂ 2 ਸਾਲਾਂ ਤੋਂ ਮੈਂ ਮਾਰਕੀਟ 'ਚ ਆਇਆ ਨਹੀਂ ਜਿੱਦਿਸਿਆ ਨਹੀਂ ਕਿਹਾ ਤੇ ਅਗਲੇ ਤਾਈ ਸੋਚਦੀ ਪਤਰੀ ਮਾਰ ਮਾਰ ਕੇ ਜਿਨ੍ਹਾਂ ਦੀ ਤੁਹਾਡੀ ਆਪਦੀ ਕੋਠੀ ਹੁੰਦੀ ਸੀ ਨਾ ਮੈਂ ਇੰਟਰਵਿਊ ਦੇ ਵਿੱਚ ਸੁਣਿਆ ਸੀ ਉਹ ਵਿਕ ਗਈ ਛੋਟੀ ਜਿਹੀ ਜਿੰਨਾ ਕੋ ਬਣਾਇਆ ਸੀ ਆਲਣਾ ਬਣਾਇਆ ਸੀ ਵੀ ਦੱਸਿਆ ਜੀ ਮੈਂ ਕੁੜੀਆਂ ਦੇ ਵਿਆਹ ਵੀ ਕੀਤੇ ਆ ਜੀ ਮੁੰਡੇ ਦੇ ਵਿਆਹ ਵੀ ਕੀਤੇ ਆ ਇਸ ਕਰਕੇ ਫਿਰ ਤੁਹਾਨੂੰ ਵੀ ਪਤਾ ਹੀ ਵੀ ਇੱਕ ਇਹ ਦਿਹਾੜੀ ਵਾਲਾ ਸਿਸਟਮ ਸੀ ਜਿਹੜਾ ਮੇਰਾ ਅੱਜ ਤੱਕ ਕੋਈ ਨਹੀਂ ਪੇਮੈਂਟ ਵਾਲਾ ਮਾਇਆ ਨਹੀਂ ਸੀ ਵੀ ਜਿਹੜੀ ਮੈਂ ਲੱਖਾਂ ਦੇ ਹਿਸਾਬ ਨਾਲ ਪੇਮੈਂਟ ਲਈ ਹੈ ਜੀ ਯਾਰ ਦੋਸਤ ਜਿਹੜੇ ਹੁੰਦੇ ਨੇ ਨਾ ਹੌਸਲਾ ਦੇਣ ਵਾਲੇ ਹੁੰਦੇ ਨੇ ਆਪਾਂ ਕਹਿ ਦਿੰਦੇ ਨੇ ਵੀ ਯਾਰ ਕੋਈ ਨਹੀਂ ਕਰਦੇ ਨਹੀਂ ਤਾਂ ਯਾਰ ਦੋਸਤ ਕਦੇ ਤੁਹਾਡੀ ਕਿਸੇ ਨੇ ਬਾਹਰ ਨਹੀਂ ਫੜੀ ਹੋਰ ਮੇਰੀ ਕਿਸੇ ਤਾਂ ਕੈਨੇਡਾ ਵੈਰਗਾ ਜੀ ਮੇਰੀਆਂ ਗੱਲਾਂ ਹੁੰਦੀਆਂ ਜੀ ਫੋਨ ਹੁੰਦੇ ਸੀ ਮੇਰੇ ਯਾਰ ਦੋਸਤ ਇੱਕ ਫੋਨ ਕਰਦਾ ਜੀ 10 ਜਣੇ ਬੈਠੇ 20 ਜਣੇ ਬੈਠੇ ਗੀਸਣਾ ਦਾ ਤੇ ਹੁਣ ਫੋਨ ਕਰਨ ਨੂੰ ਵੀ ਹਟ ਗਿਆ ਇਹ ਇੰਦਾ ਗੱਦੀ ਕਿਉਂ ਹੁੰਦਾ ਮੈਂ ਫ ਅੱਜ ਕਿਉਂ ਬਾਜ ਸਿੰਘ ਬਾਜ ਨੂੰ ਕੋਈ ਪੁੱਛ ਨਹੀਂ ਦਿਆ ਕੋਈ ਨਹੀਂ ਆਇਆ ਜੀ ਬੜੇ ਰਹੇ ਜਲਜੀਤ ਅਕੇ ਮੇਰੇ ਕੋਲ ਜੀ ਦਲਜੀਤ ਦਸਾਂਝ ਹਾਂ ਜੀ ਫੈਨ ਟਾਉਨ ਚੋਂ ਸਾਡੇ ਨੰਬਰ ਆਏ ਦਲਜੀਤ ਦਸਾਂਝ ਜੀ ਤੇ ਬਲਵੀਰ ਬੋਪਾਰਾ ਜੀ ਜੀਐਸ ਫੀਟਰ ਅਸੀਂ ਮੁੰਡਾ ਕੁਲਵਿੰਦਰ ਢਿੱਲੋਂ ਸੀ ਇੱਕ ਦਾਫਤਰ ਜੀ ਸਾਰਾ ਦਾ ਮੇਰਾ ਦੁੱਖ ਸਭ ਪੁੱਛੋ ਜਰੂਰ ਪਮ ਹੈਲੋ ਹਾਈ ਕਰਦੇ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਵੀ ਬੰਦੇ ਨੂੰ ਪੈਸੇ ਤੱਕ ਮਤਲਬ ਹੁੰਦਾ ਇੱਕ ਅੱਜ ਮੈਂ ਕਹਾਂ ਸਖੋਂ ਬੇ ਦਲਜੀਤ ਦਾ ਫੋਨ ਆਇਆ ਸੀ ਕੋਈ ਜੀ ਆ ਗਿਆ ਮੈਂ ਤੁਹਾਨੂੰ ਗੱਲ ਸਮਝਾਵਾਂ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰੀ ਟਾਕੀ ਆ ਮੈਂ ਹੇਮੰਤ ਪ੍ਰੀਤ ਕੌਰ ਖੰਨਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਠੀਕ-ਠਾਕ ਹੋਵੋਗੇ ਗੱਲ ਕਰੀਏ ਪੁਰਾਣੀ ਗਾਇਕੀ ਦੀ ਮੈਂ ਪਹਿਲਾਂ ਵੀ ਇੱਕ ਵੀਡੀਓ ਲੈ ਕੇ ਆਈ ਸੀ ਜਿਦੇ ਵਿੱਚ ਮੈਂ ਗੱਲ ਕੀਤੀ ਸੀ ਪੁਰਾਣੇ ਕਲਾਕਾਰਾਂ ਦੀ ਜੀ ਹਾਂ ਪੁਰਾਣੇ ਕਲਾਕਾਰ ਜਿਨ੍ਹਾਂ ਦੀ ਤੂਤੀ ਸਿਕਰਾਂ ਤੇ ਬੋਲਦੀ ਹੁੰਦੀ ਸੀ ਪਰ ਕਹਿੰਦੇ ਗਰੀਬੀ ਹੈ ਨਾ ਜਿਹੜੀ ਉਹ ਖੁਸ਼ ਕੁਝ ਜਿਹੜੇ ਸ਼ੌਂਕ ਹੁੰਦੇ ਨੇ ਬੰਦੇ ਦੇ ਧੂਰੇ ਰਹਿ ਜਾਂਦੇ ਨੇ ਗਰੀਬੀ ਦੀ ਜਦ ਮਾਰ ਪੈਂਦੀ ਹੈ ਤਾਂ ਬੰਦਾ ਬੰਦਾ ਆਪਣੇ ਸ਼ੌਂਕ ਭੁੱਲ ਜਾਂਦਾ ਆ ਜੇ ਗੱਲ ਕਰੀਏ ਪੁਰਾਣੇ ਸਮੇਂ ਦੀ ਗਾਇਕੀ ਦੀ ਤਾਂ ਇੱਕ ਗਾਣਾ ਨਾ ਜਿਹੜਾ ਬਹੁਤ ਫੇਮਸ ਹੋਇਆ ਸੀ ਲੋਕਾਂ ਨੇ ਮਕਬੂਲ ਵੀ ਕੀਤਾ ਸੀ ਗਾਣਾ ਸੀਗਾ ਬੈਠ ਬਾਬੇ ਦੇ ਟਾਂਗੇ ਤੇ ਤੈਨੂੰ ਸੈਰ ਕਰਾਵਾਂ ਨੀ ਬੈਠ ਬਾਬੇ ਦੇ ਟਾਂਗੇ ਤੇ ਤੈਨੂੰ ਸੈਰ ਕਰਾਵਾਂ ਨਹੀਂ ਇਹ ਗਾਣਾ ਸੁਣਿਆ ਜ਼ਰੂਰ ਸਭ ਨੇ ਹੋਊਗਾ ਅੱਜ ਵੀ ਡੀਜੀਆਂ ਤੇ ਵੱਜਦਾ ਤੇ ਅੱਜ ਵਿਆਹ ਕੋਈ ਮਕਬੂਲ ਨਹੀਂ ਹੁੰਦਾ ਜਦ ਤੱਕ ਇਹ ਗਾਣਾ ਨਾ ਵੱਜੇ ਅੱਜ ਅਸੀਂ ਪਹੁੰਚੇ ਹਾਂ ਉਸ ਕਲਾਕਾਰ ਜਿਨ੍ਹਾਂ ਨੇ ਗਾਣਾ ਗਾਇਆ ਸ਼ਾਇਦ ਉਹ ਕਲਾਕਾਰ ਨੂੰ ਤੁਸੀਂ ਨਾ ਜਾਣਦੇ ਹੋ ਕਿਉਂਕਿ ਸਕਰੀਨ ਅੱਗੇ ਸ਼ਾਇਦ ਉਹ ਕਦੇ ਆਏ ਹੀ ਨਹੀਂ ਹੈਗੇ ਸਾਡੇ ਨਾਲ ਅੱਜ ਮੌਜੂਦ ਨੇ ਬਾਦ ਸਿੰਘ ਬਾਜ ਜਿਹੜੇ ਕੀ ਹਾਲ ਚਾਲ ਹੈ ਠੀਕ ਹੈ ਭੈਣ ਜੀ ਵਧੀਆ ਵਧੀਆ ਜ਼ਿੰਦਗੀ ਕਿਦਾਂ ਚੱਲ ਰਹੀ ਹੈ ਜ਼ਿੰਦਗੀ ਤਾਂ ਬਸ ਰੱਬ ਆਸਰੇ ਚੱਲਦੀ ਹੈ ਜੀ ਜ਼ਿੰਦਗੀ ਤਾਂ ਜ਼ਿੰਦਗੀ ਦੀ ਕਿਸ਼ਤੀ ਡੋਲੀ ਪਈ ਹੈ ਜੀ ਵਿਆਹ ਨਹੀਂ ਕੋਈ ਮਕਬੂਲ ਹੁੰਦਾ ਸੀ ਜਦ ਤੱਕ ਹੁਣ ਵੀ ਗਾਣਾ ਨਹੀਂ ਨਾ ਵੱਜਦਾ ਸਪੀਕਰਾਂ ਤੇ ਵਿਆਹ ਨਹੀਂ ਮਕਬੂਲ ਹੁੰਦਾ ਕਹਿੰਦਾ ਯਾਰ ਉਹ ਗਾਣਾ ਚਲਾ ਤੇ ਬੀਬੀਆਂ ਪਹਿਣਾ ਜਦ ਮੁੰਡੇ ਦਿੰਦੇ ਨੇ ਨਾ ਗੇੜੇ ਵਿਆਹ ਨਹੀਂ ਮਕਬੂਲ ਹੁੰਦਾ ਪਰ ਅੱਜ ਹਾਲਾਤ ਤੁਹਾਡੇ ਸਾਹਮਣੇ ਸ਼ਾਰਟਸ ਚੱਲਦੇ ਹੋਣਗੇ ਹਾਲਾਤ ਇੰਨੇ ਨਾਜ਼ੁਕ ਹੋ ਗਏ ਕੀ ਕਾਰਨ ਰਹਿ ਗਿਆ ਕਾਰਨ ਬਸ ਰਹਿ ਗਿਆ ਜੀ ਇਹ ਰੱਬ ਦੀ ਮਾਰ ਜੇ ਤੋਂ ਪੈਂਦੀ ਹੈ ਜੀ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ ਇਹ ਮਾਰ ਤਾਂ ਵੱਡੇ-ਵੱਡੇ ਤੇ ਪੈ ਜਾਂਦੀ ਹੈ ਜੀ ऐसे ਵੀ ਲੋਕ ਬੈਠੇ ਨੇ ਜਿਹੜੇ ਕਰੋੜਾਂ ਦੀਆਂ ਕੋਠੀਆਂ 'ਚ ਰਹਿੰਦੇ ਆ ਜੀ ਉਹ ਵੀ ਅੱਜ ਮੈਂ ਦੇਖਦਾ ਫੇਸਬੁੱਕ ਤੇ ਦੇਖਿਆ ਸੀ ਉਹ ਵਿਚਾਰਿਆਂ ਨੂੰ ਸਾਹਮਣੇ ਆਲਾ ਕੋਈ ਨਹੀਂ ਸੀ ਜਿਉ ਗਾਣਾ ਸੁਣਦੇ ਆ ਨਾ ਐ ਲੱਗਦਾ ਵੀ ਕੋਈ ਬੰਦਾ ਹੋਊਗਾ ਬਈ ਸੋਫੇ ਤੇ ਆਲੀਸ਼ਾਨ ਜ਼ਿੰਦਗੀ ਜੀ ਰਿਆ ਹੋਊਗਾ ਘਰ-ਬਾਰ ਵਧੀਆ ਬੱਚੇ ਸੈੱਟ ਸਾਰਾ ਕੁਝ ਪਰ ਜਦ ਅੱਖੀਂ ਆ ਕੇ ਦੇਖੇ ਹਾਲ ਰੂਮ ਦੇ ਵਿੱਚ ਬੱਤੀ ਤੱਕ ਨਹੀਂ ਚਲੋ ਜੀ ਹੁਣ ਜੋ ਪ੍ਰਮਾਤਮਾ ਨੇ ਮੈਂ ਤਾਂ ਰੱਬ ਤੇ ਹੀ ਆਸ ਜੁਰੀਆਂ ਜੀ ਜੇ ਉਹਨੇ ਵਕਤ ਪਾਇਆ ਤਾਂ ਤੁਸੀਂ ਭੈਣ ਭਰਾ ਆ ਗੀਆਂ ਜੀ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜੀ ਤੁਸੀਂ ਮੇਰੇ ਕੋਲ ਪਹੁੰਚੇ ਆ ਸ਼ੁਕਰਗੁਜ਼ਾਰ ਆ ਕਿ ਕੋਈ ਤੁਹਾਡੇ ਚੈਨਲ ਮੱਧਮ ਰਹੀਂ ਕੋਈ ਨਾ ਕੋਈ ਐਸਾ ਦੇਵਤਾ ਨਿਕਲੇ ਜਿਹੜਾ ਸਪੋਰਟ ਕਰੂਗੇ ਜੀ ਮੈਂ ਕਹਣਾ ਜੀ ਕੰਮ ਹੀ ਮਿਲ ਜੇ ਪ੍ਰਮਾਤਮਾ ਇਹ ਕਹਣਾ ਜੀ ਵੀ ਇਸ ਰੋਤੇ ਮੈਨੂੰ ਕੰਮ ਦੇ ਦੇਣ ਜੀ ਪਮਾ ਥੋੜਾ ਥੋੜਾ ਦੇ ਦੇਣ ਮੈਂ ਆਪ ਦੀ ਉਹ ਗੱਡੀ ਲਈ ਤੇ ਆ ਜੂ ਜੀ ਮੇਰੇ ਕੰਮ ਵੀ ਬੰਦ ਹੋ ਗਏ ਸੀ ਹੁਣ ਮੈਂ 2 ਸਾਲਾਂ ਤੋਂ ਮੈਂ ਮਾਰਕੀਟ ਚ ਆਇਆ ਨਹੀਂ ਜੀ ਦਿਸਿਆ ਨਹੀਂ ਕਿਸੇ ਨੂੰ ਤੇ ਅਗਲੇ ਤਾਂ ਇਹ ਸੋਚਦੇ ਪਤਲੇ ਮਾਰ ਮੁਰਗਿਆ ਪਰ ਵੀਰ ਜੀ ਜੇ ਦੇਖਿਏ ਕਹਿੰਦੇ ਲੋਕ ਹਮੇਸ਼ਾ ਚੜਦੇ ਵੱਲ ਨੂੰ ਜਾਂਦੇ ਨੇ ਚੜਾਈ ਸਾਡੀ ਹੋਊਗੀ ਪਰ ਕਦੇ ਸ਼ਾਇਦ ਤੁਹਾਡੀ ਧਰਮ ਪਤਨੀ ਸੀ ਜਿੰਨਾਂ ਨਾਲ ਗੱਲ ਹੋਈ ਸੀ ਉਹ ਵੀ ਬੈਠੇ ਨੇ ਡਾਊਨਫਾਲ ਹੋਇਆ ਜੀ ਜੀ ਤੂਤੀ ਸਿਖਰਾਂ ਤੇ ਬੋਲਦੀ ਸੀ ਅੱਜ ਪਤਾ ਨਹੀਂ ਐਦਾਂ ਦੇ ਹਾਲਾਤ ਕੀ ਹੋ ਗਏ ਰੱਬ ਦੀ ਮਾਰ ਜਿਹੜੀ ਪੈ ਗਈ ਵੀ ਹਾਲਾਤ ਇੰਨੇ ਕ ਨਾਜ਼ੁਕ ਹੋ ਗਏ ਵੀ ਜਿਹੜਾ ਜਿਨ੍ਹਾਂ ਦੀ ਤੁਹਾਡੀ ਆਪ ਦੀ ਕੋਠੀ ਹੁੰਦੀ ਸੀ ਨਾ ਮੈਂ ਇੰਟਰਵਿਊ ਦੇ ਵਿੱਚ ਸੁਣਿਆ ਸੀ ਉਹ ਵਿੱਕ ਗਈ ਛੋਟੀ ਜੀ ਜਿੰਨਾ ਕੋ ਬਣਾਇਆ ਸੀ ਆਲਣਾ ਬਣਾਇਆ ਸੀ ਜਿਹੜੇ ਹੁਣ ਜਾਨਵਰ ਦਾ ਲੈਣਾ ਕਹਿੰਦੇ ਸੁਪਨਿਆਂ ਦਾ ਘਰ ਜਿਹੜਾ ਹੁੰਦਾ ਉਹ ਚਾਹੇ ਵੱਡੀ ਕੋਠੀ ਹੋਵੇ ਚਾਹੇ ਛੋਟਾ ਘਰ ਹੋਵੇ ਉਹ ਸੁਪਨਿਆਂ ਦਾ ਘਰ ਬੰਦੇ ਲਈ ਬਹੁਤ ਵੱਡੀ ਕੋਠੀ ਮਹਿਲ ਬਰਾਬਰ ਹੁੰਦੀ ਆ ਹਾਂਜੀ 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 ਇਹ ਤਾਂ ਹੈ ਜੀ ਫਿਰ ਵੀ ਚਲੋ ਇਹ ਵੀ ਵਿਵਪਤਾ ਪੈ ਗਈ ਜੀ ਫਿਰ ਮੈਨੂੰ ਵੇਚਣਾ ਪੈ ਗਿਆ ਜੀ ਇੱਕ ਤਾਂ ਮੈਂ ਪਹਿਲਾਂ ਵੀ ਦੱਸਿਆ ਜੀ ਮੈਂ ਕੁੜੀਆਂ ਦੇ ਵਿਆਹ ਵੀ ਕੀਤੇ ਆ ਜੀ ਮੁੰਡੇ ਦੇ ਵਿਆਹ ਵੀ ਕੀਤੇ ਆ ਇਸ ਕਰਕੇ ਫਿਰ ਤੁਹਾਨੂੰ ਵੀ ਪਤਾ ਹੀ ਵੀ ਇੱਕ ਇਹ ਦਿਹਾੜੀ ਵਾਲਾ ਸਸਤ ਮੈਸੇਜ ਜਿਹੜਾ ਮੇਰਾ ਅੱਜ ਤੱਕ ਕੋਈ ਨਹੀਂ ਪੇਮੈਂਟ ਵਾਲਾ ਮੈ ਹੈ ਨਹੀਂ ਸੀ ਵੀ ਜਿਹੜੀ ਮੈਂ ਲੱਖਾਂ ਦੇ ਹਿਸਾਬ ਨਾਲ ਪੇਮੈਂਟ ਲਈ ਹੈ ਜੀ ਜਿਵੇਂ ਬਾ ਕਾਰਾਂ ਨਾ ਮਾਰਕਸ ਜੀ ਮੇਰੇ ਕੋਲ ਕਾਰਾਂ ਸੀਗੀਆਂ ਜੀ ਜੈਨ ਸੀ ਇੱਕ ਇੰਡੀਆ ਰੱਖੀ ਸੀ ਅਸੀਂ ਆ ਵੀ ਉਹ ਆਪਦੇ ਪਰਿਵਾਰਕ ਵਾਸਤੇ ਜਾਂ ਕੰਮ ਤੇ ਜਾਣ ਵਾਸਤੇ ਉਹਦੇ ਨਾਲ ਮ ਕਮਾ ਲੈ ਹੁੰਦਾ ਸੀ ਇੱਡੇ ਵੱਡੇ ਪ੍ਰੋਗਰਾਮ ਨਹੀਂ ਲਾਏ ਵੀ ਜਿੱਦੇ ਮੈਨੂੰ ਮੈਂ ਇੱਕਦਮ ਵੱਡੇ ਵੱਡੇ ਸ਼ੋਅ ਲਾਏ। ਸਰੋਤੇ ਨੇ ਕਹਿਣਾ ਗੱਲਾਂ ਕਰੀ ਜਾਂਦੇ ਨੇ ਗਾਣਾ ਨਾ ਸੁਣਾ ਦੀ ਆ ਜਦ ਬੈਠ ਬਾਬੇ ਦੇ ਟਾਂਗੇ ਤੇ ਤੈਨੂੰ ਸ਼ੇਅਰ ਕਰਾਵਾਂ। ਹੋ ਲੱਗਦੀ ਤੂੰ ਮੱਕੀ ਦੀ ਛੱਲੀ ਨਿਕਲੀ ਦਸ ਕਦਰ ਨੂੰ ਚੱਲੀ ਮੇਰਾ ਦਿਲ ਤੇਰੇ ਤੇ ਆ ਗਿਆ ਮੈਂ ਤੈਨੂੰ ਗੱਲ ਸਮਝਾਵਾਂ ਨੀ ਆ ਬੈਠ ਬੁੜੇ ਦੇ ਟਾਂਗੇ ਤੇ ਤੈਨੂੰ ਸ਼ੇਅਰ ਕਰਾਵਾਂ ਨੀ ਆ ਬੈਠ ਬੁੜੇ ਦੇ ਟਾਂਗੇ ਤੇ ਤੈਨੂੰ ਸ਼ੇਅਰ ਕਰਾਵਾਂ ਨੀ ਕੀ ਕਹਿਣਾ ਬਾਬਾ ਮੈਨੂੰ ਵੇ ਪੋਰਾ ਸ਼ਰਮ ਨਹੀਂ ਹੈ ਤੈਨੂੰ ਹੱਥ ਧੋਕੇ ਪਿੱਛੇ ਪੈ ਗਿਆ ਮੈਂ ਤੇਰੇ ਪਿੰਡ ਚੋਂ ਨੰਗੀ ਵੇ ਬਾਬਾ ਮੈਂ ਤੇਰੇ ਤੰਗੇ ਤੋਂ ਪੈਦਲ ਹੀ ਚੰਗੀ ਵੇ ਆਪਾ ਤੇ ਮੈਂ ਕਹਿੰਨੀ ਵੀਰ ਜੀ ਅੱਜ ਵੀ ਇਹ ਗਾਣਾ ਲੋਕਾਂ ਵੱਲੋਂ ਸੁਣਿਆ ਜਾਂਦਾ ਆਪਾ ਕਹਿੰਦੇ ਆ ਨਾ ਵੀ ਪੁਰਾਣੀ ਕਲਾਕਾਰੀ ਜਾਂ ਪੁਰਾਣੇ ਗੀਤ ਨੇ ਲੋਪ ਹੋਈ ਜਾ ਰਹੇ ਨੇ ਪਰ ਜੇ ਛੋਟੇ ਛੋਟੇ ਬੱਚਿਆਂ ਦੀ ਗੱਲ ਕਰੀ ਉਹਨਾਂ ਦੇ ਵੀ ਇਹ ਗਾਣੇ ਜਿਹੜਾ ਜ਼ੁਬਾਨ ਤੇ ਚੜਿਆ ਹੋਊਗਾ ਯਾਰ ਦੋਸਤ ਜਿਹੜੇ ਹੁੰਦੇ ਨੇ ਨਾ ਹੌਸਲਾ ਦੇਣ ਵਾਲੇ ਹੁੰਦੇ ਨੇ ਆਪਾਂ ਕਹਿ ਦਿੰਨੇ ਆ ਵੀ ਯਾਰ ਕੋਈ ਨਹੀਂ ਕਰਦੇ ਨਹੀਂ ਤਾਂ ਯਾਰ ਦੋਸਤ ਕਦੇ ਤੁਹਾਡੀ ਕਿਸੇ ਨੇ ਬਾਹ ਨਹੀਂ ਫੜੀ ਨਹੀਂ ਜੀ ਨਹੀਂ ਬਾਹ ਨਹੀਂ ਫੜੀ ਜੀ ਬਾਹ ਫੜੀ ਤੇ ਇੱਕ ਮੇਰਾ ਛੋਟਾ ਵੀਰ ਇੱਥੇ ਜੀ ਕਮਲ ਭੌਂਦੜੀ ਉਹਦਾ ਵੀ ਐਸ ਤਰ੍ਹਾਂ ਚਲੋ ਉਹਨਾਂ ਦੇ ਮੈਂ ਖੇਤਾਂ 'ਚ ਕੰਮ-ਕੰਮ ਕਰ ਲੈਣਾ ਵਿਚਾਰਾ ਮੈਨੂੰ ਦੋ ਪੈਸੇ ਵੀ ਦੇ ਜਾਂਦਾ ਕੰਮ ਕਰਾ ਕੇ ਤੇ ਐਵੇਂ ਵੀ ਲਈ ਫਿਰਦਾ ਰਹਿੰਦਾ ਜੀ ਮੈਨੂੰ ਹੋਰ ਮੇਰੀ ਕਿਸਾਂ ਤਾਂ ਕੈਨੇਡਾ ਅਮਰੀਕਾ 'ਚ ਵੀ ਮੇਰੀਆਂ ਗੱਲਾਂ ਹੁੰਦੀਆਂ ਜੀ ਫੋਨ ਹੁੰਦੇ ਸੀ ਮੇਰੇ ਯਾਰ ਦੋਸਤ ਇੱਕ ਫੋਨ ਕਰਦਾ ਜੀ ਇਹ 10 ਜਣੇ ਬੈਠੇ ਆ 20 ਇਹ ਐਦਾਂ ਕਾਤੇ ਕਿਉਂ ਹੁੰਦਾ ਮੈਂ ਫੋਨ ਲਾਇਆ ਵੀ ਜੀ ਤੇ ਚੱਕਦਾ ਨਹੀਂ ਜੀ ਕੋਈ ਜਵਾਬ ਨਹੀਂ ਮਿਲਦਾ ਕਿਸੇ ਟਾਈਮ ਜਦ ਚੜ੍ਹਾਈ ਹੁੰਦੀ ਹੈ ਸਿਖਰਾਂ ਤੇ ਤਾਂ ਉਦੋਂ ਹਰ ਕੋਈ ਫੋਨ ਲਾਉਂਦਾ ਆਪ ਲਾਉਂਦਾ ਹੀ ਲੰਦਾ ਤੇ ਜਦ ਹਾਲਾਤ ਰੱਬ ਦੀ ਮਾਰ ਪੈਂਦੀ ਉਦੋਂ ਕੋਈ ਫੋਨ ਵੀ ਨਹੀਂ ਚੱਕਦਾ ਬਸ ਉਹੀ ਹੈ ਜੀ ਫੋਨ ਚੱਕਦਾ ਨਹੀਂ ਜੀ ਕੋਈ ਉਹ ਫਿਰ ਕਿ ਗੀਤ ਵੀ ਸੰਗਣਾ ਫੇਰ ਨਹੀਂ ਇਹ ਜਿਹੇ ਬੰਦੇ ਫੋਨ ਚੱਕਦੇ ਇੱਕ ਗੀਤ ਵੀ ਆਇਆ ਸੀ ਜੀ ਇਹ ਕਈ ਗੱਲਾਂ ਜੀ ਵੀਰ ਜੀ ਦੇਖਿਏ ਤੁਹਾਡੇ ਜਿਹੜੀ ਇਹ ਗਾਣਾ ਹੈ ਬਹੁਤ ਜ਼ਿਆਦਾ ਅੱਜ ਵੀ ਚੜ੍ਹਾਈ ਤੇ ਮੈਂ ਪਹਿਲਾਂ ਵੀ ਗੱਲ ਕੀਤੀ ਆ 20 ਸਾਲ ਹੋ ਗਏ 20 ਸਾਲ ਹੋ ਗਏ ਹਨ ਮੈਂ ਕਹਿੰਦਾ ਹੁੰਦਾ ਸੀ ਹਿੰਦੁਸਤਾਨ 'ਚ ਤਿੰਨ ਟਾਂਗੇ ਮਸ਼ਹੂਰ ਹੋਏ ਆ ਇੱਕ ਬਸੰਤੀ ਟਾਂਗੇ ਆ ਇੱਕ ਮਰਦ ਟਾਂਗੇ ਵਾਲੇ ਤੇ ਪੰਜਾਬੀਆਂ ਦਾ ਬਾਜ ਟਾਂਗੇ ਵਾਲਾ ਜੇ ਪੰਜਾਬੀ ਪਿਆਰ ਕਰਦੇ ਤਾਂ ਅੱਜ ਵੀ ਮੈਥੋਂ ਕੁਝ ਵੀ ਜਿਹੇ ਜਾ ਮਰਜ਼ੀਗੀ ਤਾਂ ਹਸਲ ਕਰਨ ਵਾਲਾ ਗਵਾ ਸਕਦੇ ਹਾਂ ਉਹਨਾਂ ਦੀ ਸਪੋਰਟ ਹੋਵੇ ਤਾਂ ਅੱਛਾ 20 ਸਾਲ ਪਹਿਲਾਂ ਇਹ ਗਾਣਾ ਆਇਆ ਸੀ ਕਿਤੇ ਇਹ ਹੋ ਜਾਂਦਾ ਵੀ ਉਮਰ ਵੱਧਦੀ ਜਾਂਦੀ ਹੈ ਸ਼ਾਇਦ ਬੰਦੇ 'ਚ ਅੰਦਰ ਉਹਨਾਂ ਬੰਦਾ ਕੈਲੀਬਰ ਨਹੀਂ ਹੁੰਦਾ ਵੀ ਉਹਨਾਂ ਗਾਲ ਲਵੇ ਤੁਸੀਂ ਜੇ ਅੱਜ ਵੀ ਤੁਹਾਨੂੰ ਸਰੋਤੇ ਦੇਖ ਰਹੇ ਹੋਣ ਕਿਸੇ ਨੇ ਪ੍ਰੋਗਰਾਮ ਬੁੱਕ ਕਰਾਉਣਾ ਹੋਵੇ ਤੇ ਕਦੇ ਵੀ ਹਾਂ ਬਾਜਬਾਈ ਤੈਨੂੰ ਬੁੱਕ ਕਰਨਾ ਤੂੰ ਆ ਜਾ ਗਾ ਦੂੰਗੇ ਮੈਂ ਗਾਵਾਂਗੇ ਜੀ ਗਾਉਣਾ ਕਿਉਂ ਮੇਰਾ ਕੰਮ ਹੀ ਹੈ ਜੀ ਮੈਨੂੰ ਤਾਂ ਆਪਾਂ 8 ਘੰਟੇ ਲਈ ਰੱਖਣ ਜੀ ਮੈਂ ਬਿਨਾਂ ਸਾਜ਼ਾਂ ਤੋਂ ਵੀ ਗਾਉਂਗਾ ਜੀ ਕੋਈ ਕਲਾਕਾਰ ਗਾਵੇ ਜੀ 8 ਘੰਟੇ ਗਾਉਂ ਕੋਈ ਕਾਪੀ ਨਹੀਂ ਦੇਖਦਾ ਜੀ ਮੇਰੀ ਗਾਰੰਟੀ ਹੈ ਜੀ ਜੀ ਉਹ ਟਾਈਮ ਦੇ ਵਿੱਚ ਤੁਹਾਡਾ ਚਿਹਰਾ ਅੱਗੇ ਕਿਉਂ ਨਹੀਂ ਲਿਆਂਦਾ ਗਿਆ ਮਤਲਬ ਫਾਈਨ ਟੋਨ ਕੰਪਨੀ ਬਹੁਤ ਵੱਡੀ ਕੰਪਨੀ ਆ ਅੱਗੇ ਚਾਹੁੰਦੇ ਤੁਹਾਡਾ ਚੰਗਾ ਵੀਡੀਓ ਕਰ ਸਕਦੇ ਸੀ ਪਰ ਸ਼ਾਇਦ ਗਾਣਾ ਹਰੇਕ ਨੂੰ ਪਤਾ ਪਰ ਚਿਹਰੇ ਪੱਖੋਂ ਜਾਂ ਉਦਾਂ ਨਹੀਂ ਕੋਈ ਜਾਣਦਾ ਵੀ ਅੱਛਾ ਇਹ ਬਾਈ ਨੇ ਗਾਣਾ ਗਾਇਆ ਹੋਇਆ ਹਾਂਜੀ ਚਿਹਰਾ ਨਹੀਂ ਦਿਖਾਇਆ ਜੀ ਹੋਰ ਉਹਨਾਂ ਦੀ ਮਰਜ਼ੀ ਦੀ ਕੰਪਨੀ ਦੀ ਮਰਜ਼ੀ ਹੈ ਚਿਹਰਾ ਦਿਖਾਉਣਾ ਜਾਂ ਨਾ ਦਿਖਾਉਣਾ ਜੀ ਆਪਾਂ ਮੈਂ ਹੁਣ ਅਨਪੜ੍ਹ ਬੰਦਾ ਸੀਗਾ ਜੀ ਮੈਨੂੰ ਇੰਨਾ ਪੰਜ ਚਾਰ ਪੜਿਆ ਸੀ ਮੈਨੂੰ ਪਤਾ ਨਹੀਂ ਸੀ ਕਿੱਥੇ ਕੀ ਕਿਵੇਂ ਕਰਨ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਉਹੇ ਜਿਹਾ ਕੁਝ ਕਰਦਾ ਵੀ ਗਾਂ ਆਪਾਂ ਇਹ ਗੀਤਾਂ ਰਾਹੀਂ ਆਪਦੀ ਜ਼ਿੰਦਗੀ ਕੱਢਣੀ ਉਦੋਂ ਮੈਂ ਸੋਚਿਆ ਨਹੀਂ ਸੀ ਇਹ ਤਾਂ ਐ ਸੀ ਵੀ ਗੀਤ ਰਿਕਾਰਡ ਹੋ ਗਿਆ ਜੀ ਚਲ ਕੋਈ ਨਹੀਂ ਆਪਾਂ ਆਪਦਾ ਹੋਰ ਡਰਾਈਵਰੀ ਕਰੀ ਜਾਵਾਂਗੇ ਜਾਂ ਹੋਰ ਕਰੀ ਜਾ ਲਵਾਂਗੇ ਕੰਮ ਨਾਲ ਪਰ ਉਦੋਂ ਫਿਰ ਇਹ ਕੰਮ ਕੀਤਾ ਹੀ ਇਹ ਬਣ ਗਏ ਜਦੋਂ ਗੀਤ ਚੱਲ ਗਏ ਬਹੁਤ ਗੀਤ ਚੱਲਿਆ ਇਹ ਬੜੀਆਂ ਕਾਇਸਤਾ ਲੱਖਾਂ ਦੇ ਹਿਸਾਬ ਨਾਲ ਵਿਕੀਆਂ ਜੀ ਅੱਜ ਵੀ ਉਹ ਮਾਸਟਰ ਉਹਨਾਂ ਦੇ ਜਿਹੜੇ ਫੈਨਟਾਉਨ ਚੋਂ ਆਏ ਸੀ ਜੀ ਦੋ ਉਹ ਵੀ ਤੀਸਰੀ ਨੇ ਖਰੀਦੀ ਜੀ ਤੀਸਰੀ ਚੋਂ ਮੇਰਾ ਨੰਬਰ ਆਇਆ ਸੀ ਉਹਨਾਂ ਨੇ ਮਾਸਟਰ ਖਰੀਦੇ ਉਹਨਾਂ ਦੇ ਮਾਰਕ ਤੇ ਹੁਣ ਚੱਲ ਰਿਹਾ ਜੀ ਗੀਤ ਮੇਰੇ ਬਹੁਤ ਚੱਲਦੇ ਆ ਜੀ ਹੁਣ ਤੁਹਾਨੂੰ ਦੇਖ ਕੇ ਮੇਰੇ ਇੱਕ ਹੋਰ ਢੀਆਂ ਦਾ ਗੀਤ ਆਦਾ ਗਿਆ ਜੀ ਸੁਣਾ ਦੋ ਫਿਰ ਹਾਂਜੀ ਛੋਟਾ ਜਿਹਾ ਸੁਣਾਉਂਗਾ ਜੀ ਮੈਂ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਕੋਈ ਐਹੋ ਜਿਹੀਆਂ ਗੱਲਾਂ ਹੁੰਦੀਆਂ ਇੱਕ ਪਰਿਵਾਰ ਦੇ ਪੰਜ ਚਾਰ ਢੀਆਂ ਪਿਓ ਦਾਰੂ ਪੀਂਦਾ ਤੇ ਉਹ ਧੀ ਕਹਿ ਰਹੀ ਐ ਇੱਕ ਜੀ ਹਏ ਨੇਤਰਹੁਣ ਨੂੰ ਕਰਦਾ ਏ ਦਿਲ ਕੀ ਦਾ ਰੱਬਾ ਨੇਤਰਹੁਣ ਨੂੰ ਕਰਦਾ ਏ ਦਿਲ ਕੀ ਦਾ ਰੱਬਾ ਵੇ ਪਿਓ ਐ ਬਿਨਾ ਹੋਵੇ ਕਿਸੇ ਧੀ ਦਾ ਰੱਬਾ ਵੇ ਪਿਓ ਐ ਬਿਨਾ ਹੋਵੇ ਕਿਸੇ ਧੀ ਦਾ ਰੱਬਾ ਹਏ ਦੇਣੇ ਲੈਣੇ ਵਾਲੇ ਨੇ ਘਰ ਢੇੜੇ ਲਾਉਂਦੇ ਹੈ ਦੇਣਾ ਇੱਕ ਬਹਾਨਾ ਵੀ ਇੱਜ਼ਤ ਰੋਜ ਤਕਾਉਂਦੇ ਹੈ ਦੇਣੇ ਮੂਰੇ ਹਰ ਜੀ ਦਾ ਸਿਰ ਨੀਵਾਂ ਰੱਬਾ ਵੇ ਪਿਓਏ ਬਿਨਾ ਹੋਵੇ ਕਿਸ ਧੀ ਦਾ ਰੱਬਾ ਵੇ ਪਿਓਏ ਬਿਨਾ ਹੋਵੇ ਕਿਸ ਧੀ ਦਾ ਰੱਬਾ ਵੇ ਇੱਕ ਨਾ ਕਹਿੰਦੇ ਔਰਤ ਹੁੰਦੀ ਹੈ ਇੱਕ ਬੰਦੇ ਦੀ ਚੜ੍ਹਾਈ ਪਿੱਛੇ ਚਾਹੇ ਉਹ ਮਾਂ ਦੇ ਰੂਪ ਦੇ ਵਿੱਚ ਹੋਵੇ ਚਾਹੇ ਕੁੜੀ ਦੇ ਰੂਪ ਚ ਹੋਵੇ ਚਾਹੇ ਪਤਨੀ ਦੇ ਰੂਪ ਚ ਹੋਵੇ ਤੁਹਾਡੀ ਮੈਸੇਜ ਦੇਖੀ ਸੀ ਮੈਂ ਘਰੇ ਬੈਠੇ ਹਾਂ ਨਾ ਸਿੱਖਰਾਂ ਦਾ ਟਾਈਮ ਦੇਖਿਆ ਹੋਇਆ ਕੋਠੀ ਦੇ ਵਿੱਚ ਰਸੋਈ ਸਾਰਾ ਕੁਝ ਅੱਛਾ ਚੁੱਲਾ ਵੀ ਜ਼ਮੀਨ ਤੇ ਰੱਖਿਆ ਹੋਇਆ ਉਹਨਾਂ ਵੱਲੋਂ ਕਦੇ ਕੋਈ ਉਹ ਤਾਂ ਨਹੀਂ ਹੋਇਆ ਸੌ ਉਹਨਾਂ ਉਹ ਦੇਵੀ ਹੈ ਜੀ ਮੇਰੀ ਮੈਂ ਸਾਰੇ ਲੋਕਾਂ ਨੂੰ ਕਹਿਣਾ ਵੀ ਦੇਵੀ ਹੈ ਜੀ ਮੇਰੀ ਉਦੋਂ ਮੈਂ ਕਈ ਵੇ ਤਾਂ ਮੈਂ ਜਦੋਂ ਆਪ ਦਾ ਮਹਿਮੂਦ ਚ ਹੁੰਦਾ ਤੇ ਉਹ ਵਿਚਾਰੀ ਮੈਨੂੰ ਸੁਰਮਾ ਪਾ ਕੇ ਕੱਢਦੀ ਹੁੰਦੀ ਸੀ ਮੈਂ ਕਿਹਾ ਆ ਕਰ ਚ ਚੱਲਿਆਂ ਤੁਸੀਂ ਕੁਛ ਖਵਾ ਕੇ ਖਾ ਕੇ ਜਾਓ ਪਰ ਅੱਜ ਹਾਲਾਤਾਂ ਨੇ ਸਾਨੂੰ ਐਸੇ ਬਣਾਤਾ ਜੀ ਉਦੋਂ ਬੜੀ سپورਟ ਰਹੀ ਜਿਵੇਂ ਸੁਖਵਿੰਦਰ ਸੁਖੀ ਨਾਲ ਗਏ ਸਾਨੂੰ ਕਿਤੇ ਇਹ ਨਹੀਂ ਸੀ ਵੀ ਸਾਨੂੰ ਵੀ ਅਸੀਂ ਵੀ ਉਹਨੇ ਕਹਿਣਾ ਵੀ ਤੂੰ ਕੁੜੀ ਨਾ ਚੱਲਣਾ ਉਹਨੂੰ ਪਤਾ ਵੀ ਕਮਾਈ ਕਰਕੇ ਲਿਆਉਣੀ ਮੈਂ ਬੱਚੇ ਆਣਨੇ ਚਾਉਣਾ ਜੀ ਮੈਂ ਉਹਨਾਂ ਨੂੰ ਹੀ ਪੈਸੇ ਦਿੰਦਾ ਇਹਨਾਂ ਨੂੰ ਫੜਾ ਦਿੰਦਾ ਸੀ ਮੈਂ ਤਾਂ ਬਸ ਆਪ ਦਾ ਇੱਕ ਇਹ ਰੱਖਦਾ ਹੁੰਦਾ ਸੀ ਮੈਂ 150 ਰੁਪਏ ਵੀ ਜਿਹੜਾ ਕੋਲੇ ਰੱਖਣਾ ਬਾਕੀ ਘਰੇ ਫੜਾਉਂਦਾ ਸੀ। ਦੇਖੀਏ ਕਲਾਕਾਰ ਬਹੁਤ ਸਿੱਖਰਾਂ ਤੇ ਨੇ ਕਿਤਨਾ ਕਿਤੇ ਭੁੱਲਦੇ ਜਾ ਰਹੇ ਨੇ ਕਦੇ ਕਿਸੇ ਕਲਾਕਾਰ ਨੇ ਬਾਹ ਨਹੀਂ ਫੜੀ। ਹਾਂ ਬਾਹ ਤਾਂ ਜਦੋਂ ਪ੍ਰਮਾਤਮਾ ਨੇ ਨਹੀਂ ਫੜੀ ਜੀ ਕਲਾਕਾਰ ਨੇ ਕੀ ਫੜਨੀ ਸੀ। ਕੋਈ ਨਹੀਂ ਆਇਆ ਜੀ। ਬੜੇ ਰਹੇ ਜੀ ਦਲਜੀਤ ਅਗੇ ਮੇਰੇ ਕੋਲੇ ਜੀ। ਦਲਜੀਤ ਦਸਾਂਝ ਹਾਂ ਜੀ ਹਾਂ ਜੀ ਫਾਈਨ ਟਾਊਨ ਚੋਂ ਸਾਡੇ ਨੰਬਰ ਆਏ ਦਲਜੀਤ ਦਸਾਂਝ ਜੀ ਤੇ ਬਲਮੀਰ ਬੋਪਾਰਾ ਜੀ ਜੀਐਸਪੀਟਰ ਅਸੀਂ ਮੁੰਡਾ ਕੁਲਵਿੰਦਰ ਢਿੱਲੋਂ ਅਸੀਂ ਇੱਕ ਦਫ਼ਤਰ ਜੀ ਸਾਰਿਆਂ ਦਾ। ਤੁਹਾਡੇ ਨਾਲ ਰਹੇ ਨੇ ਮਿੱਤਰ ਨੇ ਜੂੰਡੀ ਦੇ ਯਾਰ ਰਹੇ ਹੋ ਇਕੱਠਿਆਂ ਨੇ ਮਿਹਨਤ ਕੀਤੀ ਐ ਅੱਜ ਕਿਉਂ ਬਾਜ ਸਿੰਘ ਬਾਜ ਨੂੰ ਕੋਈ ਪੁੱਛ ਨਹੀਂ ਰਿਹਾ ਨਹੀਂ ਚਲੋ ਜੀ ਮੈਂ ਵੀ ਹੁਣ ਜਿਹੜੀ ਮੇਰੀ ਇੰਟਰਵਿਊ ਪਈ ਐ ਜੀ ਤੁਹਾਡੇ ਚੈਨਲ ਰਾਹੀਂ ਚਲੋ ਉਹਨਾਂ ਤਾਂ ਹੀ ਗੱਲ ਜਾਊਗੀ ਜੇ ਗੱਲ ਸੁਣਨਗੇ ਤਾਂ ਸ਼ਾਇਦ ਲਾ ਲੈਣ ਹਾਂਜੀ ਪਰ ਜਿਨ੍ਹਾਂ ਚ ਸਿਆਣੇ ਕਹਿੰਦੇ ਆ ਜੀ ਵੀ ਮਾਂ ਦਾ ਬੱਚਾ ਰੋਂਦਾ ਨਹੀਂ ਤੇ ਮਾਂ ਦੁੱਧ ਨਹੀਂ ਦਿੰਦੀ ਉਹਨਾਂ ਚ ਇਹ ਮੇਰੀ ਮਾਂ ਬੋਲੀ ਪੰਜਾਬੀ ਦੇ ਜਿੰਨੇ ਵੀ ਪੰਜਾਬੀ ਵੀਰ ਨੇ ਤੇ ਮੈਂ ਇਹਨਾਂ ਕੋਲ ਰੋਇਆ ਸ਼ਾਇਦ ਮੇਰੀ ਮੇਰਾ ਕੋਈ ਦੁੱਖ ਸੁੱਖ ਪੜ ਲੇ ਜੀ ਕੋਈ ਕੋ ਮਾਂ ਬੋਲੀ ਪੰਜਾਬੀ ਜਿਹੜੇ ਪੰਜਾਬੀ ਆ ਜੀ ਫਿਰ ਪੰਜਾਬੀ ਮਾਂ ਬੋਲੀ ਨੂੰ ਤਾਂ ਮੈਂ ਕਹੂੰਗਾ ਵੀ ਜ਼ਰੂਰ ਜੇ ਤੁਹਾਨੂੰ ਦਰਦ ਆ ਤਾਂ ਜ਼ਰੂਰ ਤੁਸੀਂ ਮੇਰਾ ਦੁੱਖ ਸੁੱਖ ਪੁੱਛੋ ਜ਼ਰੂਰ ਪਰ ਮੈਂ ਹੈਲੋ ਹਾਈ ਕਰਦੇ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਵੀ ਬੰਦੇ ਨੂੰ ਪੈਸੇ ਤੱਕ ਮਤਲਬ ਹੁੰਦਾ ਇੱਕ ਹਾਂਜੀ ਮੈਂ ਕਹਿ ਸਕੋ ਬੇ ਦਲਜੀਤ ਦਾ ਫੋਨ ਆਇਆ ਸੀ ਵੀ ਕੋਈ ਗੱਲ ਮੈਂ ਕਹਿ ਸਕਦਾ ਜੀ ਨਿੱਕੇ ਪੈਸੇ ਦੀ ਹੈਲਪ ਆ ਨਹੀਂ ਨਾ ਪੈਸੇ ਨਹੀਂ ਜੀ ਐਂ ਕਹਿ ਦੇਣ ਵੀ ਕੋਈ ਗੱਲ ਨਹੀਂ ਤੇਰੇ ਨਾਲ ਹਾਂਜੀ ਹਾਂਜੀ ਇਨਾ ਹੀ ਬਹੁਤ ਹੈ ਜੀ ਮੈਨੂੰ ਉਮੀਦ ਰੱਖਦੇ ਹੋ? ਆ ਉਮੀਦ ਰੱਖਦਾ ਜੀ ਮੈਂ ਮੈਂ ਉਮੀਦ ਰੱਖਦਾ ਹਾਂ ਹਾਂ ਜੀ ਉਮੀਦ ਰੱਖਦਾ ਜੀ ਮੈਂ ਗੀਤ ਤਾਂ ਮੇਰੇ ਹੋਰ ਵੀ ਬਹੁਤ ਨੇ ਜੀ ਵੀ ਜਿਹੜੇ ਮੈਂ ਤੁਹਾਨੂੰ ਹੋਰ ਇੱਕ ਗੀਤ ਸੁਣਾਉਣਾ ਜੀ ਪਿੰਡੂ ਮਾਹੌਲ ਦੇ ਜਿਵੇਂ ਸਾਡੇ ਪਿੰਡਾਂ ਵਾਲੇ ਆ ਜੀ ਜੋ ਕੈਨੇਡਾ ਅਮਰੀਕਾ ਚ ਜਾਤ ਕਰਦੇ ਨੇ ਜੀ ਗੱਲਾਂ ਫਿਰ ਯਾਦ ਆਉਂਦੇ ਨੇ ਹਾਂ ਜੀ ਉਹ ਲੁੱਟਣੀ ਪਤੰਗ ਅਤੇ ਗਲੀਆਂ 'ਚ ਭੱਜਣਾ ਫੜਨ ਫੜਾਈ ਇੱਕ ਦੂਜੇ ਤਾਂ ਹੀ ਲੱਭਣਾ ਉਹ ਲੁੱਟਣੀ ਪਤੰਗ ਅਤੇ ਗਲੀਆਂ 'ਚ ਭੱਜਣਾ ਫੜਨ ਫੜਾਈ ਇੱਕ ਦੂਜੇ ਤਾਂ ਹੀ ਲੱਭਣਾ ਬੇਬੇ ਘਰ 'ਚ ਬਣਾਉਂਦੀ ਸੀਗੀ ਸਾਗ ਬੜੇ ਦਿਨ ਚੇਤੇ ਆਉਂਦੇ ਨੇ ਓਏ ਆਉਂਦੇ ਨੇ ਜਵਾਨੀ ਵਾਲੇ ਯਾਦ ਬੜੇ ਦਿਨ ਚੇਤੇ ਆਉਂਦੇ ਨੇ ਆਉਂਦੇ ਨੇ ਪੰਜਾਬ ਵਾਲੇ ਯਾਦ ਕੈਨੇਡਾ ਦੇ ਦਿਨ ਚੇਤੇ ਆਉਂਦੇ ਨੇ ਉਹ ਪਿੰਡਾਂ ਦੇ ਵਿੱਚ ਫਸਲਾਂ ਹੁੰਦੀਆਂ ਸੀ ਮੱਕੀ ਮੋਠ ਗਵਾਰਾ ਸਾਗ ਤੋੜ ਕੇ ਲਿਆਉਂਦੇ ਖੇਤੋਂ ਸੀ ਟੱਬਰ ਖਾਂਦਾ ਸਾਰਾ ਹੁਣ ਪੈਗਟਾਂ ਵਾਲੀਆਂ ਚੀਜ਼ਾਂ ਨੇ ਸਾਨੂੰ ਕਰ ਛੱਡਿਆ ਬਰਬਾਦ ਬੜੇ ਦਿਨ ਚੇਤੇ ਆਉਂਦੇ ਨੇ ਓਏ ਆਉਂਦੇ ਨੇ ਜਵਾਨੀ ਵਾਲੇ ਯਾਦ ਬੜੇ ਦਿਨ ਚੇਤੇ ਆਉਂਦੇ ਨੇ ਪਿੱਛੇ ਜੇ ਵੀ ਸੁਣਨਾ ਚਾਇਆ ਸੀ ਵੀ ਜ਼ਿੰਦਗੀ ਤੋਂ ਮਨ ਭਰ ਗਿਆ ਤੇ ਖੁਦਕੁਸ਼ੀ ਕਰਨ ਵਾਲ ਦੇ ਰਾਹ ਤੇ ਤੁਰ ਰਿਪੇ ਸੀ ਭਰ ਗਿਆ ਲੋਕਾਂ ਨੂੰ ਹਸਾਉਣ ਵਾਲੇ ਲੋਕਾਂ ਦਾ ਮਨੋਰੰਜਨ ਦਾ ਸਾਧਨ ਬਣਨ ਵਾਲੇ ਅੱਜ ਖੁਦ ਕਿਉਂ ਆਪਣੀ ਜਾਨ ਲੈਣ ਲੱਗੇ ਸੀ ਇਹ ਜੀ ਮੁਸੀਬਤਾਂ ਤਾਂ ਗੁਰੂਆਂ ਪੀਰਾਂ ਤੇ ਹੀ ਪਈਆਂ ਸੀ ਜਿਹੜੇ ਜਾਣੀ ਜਾਨ ਸੀਗੀ ਜੀ ਹੌਸਲਾ ਨਹੀਂ ਹਾਰੀਦਾ ਪਰ ਹੌਸਲਾ ਟੁੱਟ ਜਾਂਦਾ ਜਦੋਂ ਅੱਗੇ ਕੁਛ ਨਹੀਂ ਦੀਂਦਾ ਕੋਈ ਮਿੱਤਰ ਪਿਆਰਾ ਜਾਂ ਕੋਈ ਹੋਰ ਕੰਮ ਨਹੀਂ ਦੀਂਦਾ ਜੀ ਫਿਰ ਹੌਸਲਾ ਟੁੱਟ ਜਾਂਦਾ ਵੀ ਮੈਂ ਇਹ ਮੈਂ ਆਪਣਾ ਨਹੀਂ ਵੀ ਮੈਂ ਜਿਹੜੇ ਪਿੱਛੇ ਆ ਮੈਂ ਇਹਨਾਂ ਨੂੰ ਕੀ ਰੋਂਦਾ ਦੇਖੂੰਗਾ ਜਾਂ ਕੋਈ ਮੈਥੋਂ ਕੀ ਮੰਗਣਗੇ ਮੈਂ ਕੀ ਦਊਂ ਘਰੇ ਜਾ ਹੇ ਅੱਖਾਂ ਨਾਮ ਨਹੀਂ ਕਰਨੀਆਂ ਪਰਮਾਤਮਾ ਤੁਹਾਡੇ ਸਰੋਤੇ ਦੇਖ ਰਹੇ ਨੇ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਿੰਦੀ ਹਾਂ ਤੂਤੀ ਫੇਰ ਸਿੱਖਣਾ ਤੇ ਬੋਲੇ ਫੇਰ ਬਾਜ ਸਿੰਘ ਬਾਜ ਦਾ ਖਾੜੇ ਲੱਗਣ ਨਾਲ ਹੋਵੇ ਡਿਊਟ ਖਾੜੇ ਲਾਈਟਾਂ ਮੱਥੇ ਤੇ ਪੈਂਦੀਆਂ ਹੋਣ ਤੇ ਚੜ੍ਹਦੀ ਕਲਾ ਦੇ ਵਿੱਚ ਵਾਈ ਫੋਟੋ ਕਰਾ ਲਓ ਇੱਕ ਸਰੋਤੇ ਦੇਖ ਰਹੇ ਹੋਣਗੇ ਵੀਰ ਜੀ ਕੋਈ ਮਦਦ ਕਰ ਮੇਰੇ ਤਾਂ ਗੀਤ ਹੀ ਹੈ ਜੀ ਕੋਈ ਨਿਕਲੇ ਤਾਂ ਮਦਦ ਕਰਨ ਵਾਲਾ ਮੇਰੇ ਤਾਂ ਗੀਤ ਹੀ ਹੈ ਜੀ ਵੀ ਜਿਹੜੇ ਵੀ ਕਿਤੇ ਇਹ ਨਹੀਂ ਵੀ ਸਾਥੋਂ ਸੁਣ ਨਹੀਂ ਜਾਂ ਕੋਈ ਹੋਰ ਸਾਹਬ ਦੇ ਮੈਂ ਇੱਕ ਹੋਰ ਛੋਟਾ ਜਿਹਾ ਮੈਂ ਗੱਲ ਕਰੂੰਗਾ ਜੀ ਉਹ ਦੁੱਧ ਦਹੀਂ ਮੱਖਣ ਨਾਲ ਲੱਸੀ ਪਾਸਾ ਜਾਣ ਖਰਾਕਾਂ ਵੱਟੀ ਦੁੱਧ ਦਹੀਂ ਮੱਖਣ ਨਾਲ ਲੱਸੀ ਪਾਸਾ ਜਾਣ ਖਰਾਕਾਂ ਵੱਟੀ ਨਸ਼ਿਆਂ ਕੀਤਿਆਂ ਫੁੱਲ ਚੜਾਈਆਂ ਰੌਣਕਾਂ ਚਿਹਰਿਆਂ ਤੋਂ ਮਟਾਈਆਂ ਦੇਸ਼ ਨੂੰ ਕਿਵੇਂ ਬਚਾਵਾਂਗੇ ਪੰਜਾਬ ਪੁਲਿਸ ਤੇ ਵੱਡੀ ਫੌਜ ਲਈ ਚੁਬਰ ਕਿੱਥੋਂ ਲਿਆਵਾਂਗੇ ਓ ਮਿੱਤਰੋ ਕਿੱਥੋਂ ਲਿਆਵਾਂਗੇ ਨਮਕੀ ਜੋ ਬਾਜਰਾ ਛੋਲੇ ਗਨੇ ਨਹੀਂ ਚੁਪਣ ਨੂੰ ਪੋਲੇ ਕਿੱਥੇ ਗਈਆਂ ਗਵਰ ਦੀਆਂ ਫਲੀਆਂ ਬੇਬੇ ਦੇਸੀ ਘਿਓ ਵਿੱਚ ਤਲੀਆਂ ਰਾਜਾ ਰਾਜ ਕਿੱਥੋਂ ਖਾਵਾਂਗੇ ਪੰਜਾਬ ਪੁਲਿਸ ਕਬੱਡੀ ਫੌਜ ਲਈ ਚੁਪਰੇ ਕਿੱਥੋਂ ਲਿਆਵਾਂਗੇ ਬਾਤ ਹੈ ਸਚਾਈ ਨੰਬਰ ਜ਼ਰੂਰ ਬੋਲ ਦਿਓ ਬਹੁਤ ਸਮਾਂ ਲੈ ਲਿਆ ਤੁਹਾਡਾ ਸਰੋਤੇ ਦੇਖ ਰਹੇ ਹੋਣਗੇ ਤੁਹਾਨੂੰ ਫੋਨ ਕਰਕੇ ਕੀ ਬਤਾ ਖਾੜੇ ਬੁਖ ਹੋਣ ਲੱਗ ਜਾਣਾ ਤੁਸੀਂ ਧੰਨਵਾਦ ਤੂਤੀ ਸਿੱਖਰਾਂ ਤੇ ਬੋਲਣ ਲੱਗ ਜਵੇ ਕਿਸੇ ਨੇ ਗਾਣਾ ਰਿਕਾਰਡ ਕਰੋ ਨੰਬਰ ਜ਼ਰੂਰ ਬੋਲ ਦਿਓ ਜੀ ਮੇਰਾ ਨੰਬਰ ਹੈ 9815275499 9815275499 ਐਡਰੈਸ ਵੀ ਦੱਸੋ ਐਡਰੈਸ ਜੀ ਮੇਰਾ ਭੁੰਦਲੀ ਰੈਣਾ ਜੀ ਤਹਿਸੀਲ ਜਗਰਾਉਂ ਜੀ ਤੇ ਜ਼ਿਲ੍ਹਾ ਲੁਧਿਆਣਾ ਜੀ ਤਾਂ ਵੱਡ ਵੀ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਦੋਸਤੋ ਉਮੀਦ ਕਰਦੀ ਹਾਂ ਇਹ ਵੀਡੀਓ ਜ਼ਰੂਰ ਚੰਗੀ ਲੱਗੀ ਹੋਊਗੀ ਸਰੋਤੇ ਦੇਖ ਰਹੇ ਹੋਣਗੇ ਕਿਤੇ ਨਾ ਕਿਤੇ ਮਾਂ ਬੋਲੀ ਦੀ ਸੇਵਾ ਕਰਕੇ ਗਾਣੇ ਹਿੱਟ ਹੋਏ ਨੇ ਪਰ ਅੱਜ ਐਸੇ ਕੀ ਹਾਲਾਤ ਹੋ ਗਏ ਵੀ ਕਲਾਕਾਰ ਨੂੰ ਕੋਈ ਪੁੱਛ ਨਹੀਂ ਰਿਹਾ ਕੋਈ ਬਾਹ ਨਹੀਂ ਫੜ ਰਿਹਾ ਉਮੀਦ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਊਗੀ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਇੱਕ ਸ਼ੇਅਰ ਦੇ ਨਾਲ ਕੀ ਪਤਾ ਮਦਦ ਹੋ ਜਵੇ ਬਣੇ ਰੋ ਖ਼ਬਰੀ ਢਾਕਿਆਂ ਨਾ ਮੈਨੂੰ ਹਿਮਨਪ੍ਰੀਤ ਕੌਰ ਨੂੰ ਦੇਉ ਇਜਾਜ਼ਤ ਸਸ਼ਿਕਾ